हाँ जी किसान वीरों स्वागत है तुहाडा अपने यूट्यूब चैनल बाबा डेयरी फार्म उत्ते जी। अज की वीडियो में आप दो नग सेल लई लैके आए जी, एक बई माझा एक कट्टा गा। जिस घर चो बई वीडियो बना रहे हैं वीर दे घरेलू पशु रखे वे आ, कोई व्यापार का काम नहीं। आओ पुछ लैने आप बई तो डिटेल। हाँ जी बई जी, बई जी सत श्री अकाल। सत श्री अकाल बई जी, हो ठीक हो जी? वधिया। हाँ जी वधिया। नाम ते एड्रेस बोल। चमकौर सिंह जी। ठीक है जी। पिंड घंडा बन्ने। जिला जी बठिंडा। तहसील बई फूल। नेड़े पिंड बई घंडा बन्ने जी। नेड़े छोटे छंदू फूले वाला। ठीक है जी। सब दी जगह भाई रूपा। भाई रूपा ते भदौड़ भी नेड़े रह जांदा ने। हां जी हां। ते सलादपुरा भी नेड़े आ। हां जी। मोबाइल नंबर बोल दे। 84279 41037। ये बई दा कांटेक्ट नंबर आ, बाकी स्क्रीन ते चल रहा नोट कर लो। बई जिहड़ी आ मज्ज दे ने किहड़ा सूआ सुंदी आ? तीजा सूआ बई जी। तीजा सूआ। हां जी। किन्ने क दिन लैंदी आ जी? ਜੇ 5 ਤਰੀਕ ਨੂੰ ਦਿਨ ਪੂਰੇ ਬਾਈ ਜੀ। 5 ਤਰੀਕ ਨੂੰ ਕਰਮ ਵਾਲੀ ਦੇ ਦਿਨ ਪੂਰੇ ਆ। ਤੀਜਾ ਸੂਆ ਇਹ ਕਰਮ ਵਾਲੀ ਸੁੰਦੀ ਆ। ਕੱਦ ਬਿੱਡ ਚੰਗਾ, ਰੰਗ ਰੂਪ ਚੰਗਾ, ਪਿੱਠ ਪੁੜਾ ਬਹੁਤ ਚੰਗਾ ਬਾਈ। ਪਿੱਠ ਪੁੜਾ ਚੈੱਕ ਕਰੋ, ਬਹੁਤ ਚੰਗਾ ਗਾ ਬਾਈ। ਹਜੇ ਕੱਚੀ ਕੱਚੀ ਆ, ਦਿਨ ਲੈਂਦੀ ਆ। ਫੇਸ ਬਿਊਟੀ ਵੀ ਚੰਗੀ ਆ, ਸਿੰਘ ਦੀ ਕੁਆਲਿਟੀ ਵੀ ਚੰਗੀ ਆ। ਕੀ ਰਿਕਾਰਡ ਆ ਬਾਪੂ ਦੁੱਧ ਦਾ ਇਹਦਾ? 13 ਕਿਲੋ ਦੇ ਰਹੇ ਜੀ। 13 ਕਿਲੋ। ਹਾਂਜੀ ਠੀਕ ਆ। ਥਣ ਬਹੁਤ ਚੰਗਾ, ਮੁੱਠੀ ਵਾਲਾ ਥਣ, ਕੱਲਾ ਕੱਲਾ ਥਣ, ਚਾਰੇ ਥਣ ਨਿਕਲਵੇਂ। ਲੇਵਾ ਤਾਂ ਬਈ ਕਰਮ ਵਾਲੀ ਗਾਵਾਂ ਵਾਂਗੂ ਤਿਆਰ ਕਰਦੀ ਹੁੰਦੀ ਆ। ਪਛਾਂ ਤੋਂ ਵੀ ਲੇਵਾ ਚੈੱਕ ਕਰਵਾਉਂਦੇ, ਬਹੁਤ ਚੰਗਾ ਲੇਵਾ ਦੇ ਸਾਰਾ, ਚਾਰੇ ਥਣ ਨਿਕੜ ਮੇ ਪੂਰੇ ਗਾਇਬ ਤੇ। ਫੇਸ ਬਹੁਤ ਚੰਗਾ, ਖੋਲ ਲਾ ਬਈ ਤੋੜ ਕੇ ਰਖਾ ਦੇ। ਤੇ ਠੰਡੀ ਸੀਲ ਆ ਘਰੇ ਰੱਖਣ ਵਾਲੀ ਆ? ਵਧੀਆ। ਹਾਂਜੀ ਬਾਈ। ਹਾਂ ਠੰਡੀ ਸੀਲ ਆ ਬਾਈ ਦੇ ਘਰ ਦੀ ਮੱਝ ਆ ਬਾਈ, ਕਹਿੰਦਾ ਘਰੇ ਰੱਖਣ ਵਾਲੀ ਆ। ਲੇਵਾ ਸੋਨੂੰ ਨੇੜ ਤੋਂ ਦਿਖਾਤਾ, ਗਾਵਾਂ ਵਰਗਾ ਲੇਵਾ ਕਰਮ ਵਾਲੀ ਤਿਆਰ ਕਰੀ ਬੈਠੀ ਆ। ਦਿਨ ਬਾਈ ਹਜੇ 5 ਲੈਂਦੀ ਆ, ਉਦੋਂ ਇਨਵਰਟਰ ਦੀ ਕੁਆਲਿਟੀ ਨੇ ਹੋਰ ਵੀ ਵਧੀਆ ਬਣਾ ਲੈਣੀ ਆ। ਚੰਗੀ ਆ ਬਾਈ, ਪਿੱਠ ਪੁੜਾ ਚੰਗਾ, ਕੱਦ ਵਿੱਢ ਚੰਗਾ, ਰਾਜੀ ਰੂਜੀ ਫੁੱਲ ਆ। ਤੋਰਾ ਤਾਰਾ ਚੰਗਾ, ਚੰਗੀ ਆ ਬਈ, ਰਾਜੀ ਆ। ਲੈ ਚੱਲ ਬਈ ਬਾਂਧੇ। ਥਣ ਹਵਾਨਾ ਵੀ ਕਰਮ ਵਾਲੀ ਦਾ ਬਹੁਤ ਚੰਗਾ। ਲੇਵਾ ਬਹੁਤ ਚੰਗਾ ਬਈ, ਪਛਾਣ ਤੋਂ ਇੱਕ ਵਾਰੀ ਹੋਰ ਚੈੱਕ ਕਰਵਾਉਂਦੇ, ਬਹੁਤ ਸੋਹਣਾ ਲੇਵਾ। ਅੱਗੇ ਬਾਪੂ ਕੱਟਾ ਕਿੰਨੀ ਕੁ ਉਮਰ ਹੈ ਜੀ? ਕੱਟਾ 2 ਸਾਲ ਦਾ ਹੋ ਗਿਆ ਬਾਈ ਜੀ। 2 ਸਾਲ ਦਾ ਹੋ ਗਿਆ। ਕਿੰਨਾ ਕੁ ਦੁੱਧ ਸੀ ਮਾਂ ਥੱਲੇ ਇਹਦੀ? ਮਾਂ ਥੱਲੇ ਹਾਂ 15 ਲੀਟਰ। 15 ਲੀਟਰ। ਹਾਂ ਜੀ ਠੀਕ ਆ। ਕੱਦ ਦੇਖੋ ਜੀ ਉਹਦੀ ਆ। ਹਾਂ ਉਹਦਾ ਹੀ ਆ ਇਹ। ਹਾਂਜੀ ਠੀਕ ਆ ਬਈ, ਉਹਦੀ ਮਾਂ ਖੜੀ ਆ ਤੇ ਕੱਦ ਬਈ ਮਾਂ ਦੇ ਆਪਦੀ ਦੇ ਬਰਾਬਰੀ ਕਰ ਗਿਆ ਹਨਾ। ਸਿੰਘ ਸੁੰਘ ਚੰਗਾ ਹਨਾ ਬਾਪੂ? ਹਾਂਜੀ ਹਾਂਜੀ ਠੀਕ ਆ। ਕਿਹੜੇ ਟੀਕੇ ਦਾ ਪਤਾ ਕੁਛ? ਕੱਦ ਬਹੁਤ ਵਧੀਆ, ਉਸ ਹਿਸਾਬ ਨਾਲ ਰਾਜੀ ਆ, ਸਮਾਂ ਪਲਿਆ ਬਈ। ਪਿੱਠ ਪੁੜਾ ਵੀ ਬਹੁਤ ਚੰਗਾ ਗਾ। ਕੀ ਮੁੱਲ ਆ ਬਾਪੂ ਇਹਦਾ? ਮੁੱਲ 45 ਜੀ। 45,000 ਰੁਪਇਆ ਮਾਨ ਤਾਨ ਹੋ ਜੂ? ਹਾਂਜੀ ਹਾਂਜੀ ਠੀਕ ਹੈ ਜੀ। 45,000 ਰੁਪਇਆ ਬਾਪੂ ਨੇ ਮੁੱਲ ਰੱਖਿਆ, ਬਾਕੀ ਮੌਕੇ ਤੇ ਜਿਹੜਾ ਮਾਨ ਤਾਨ ਜ਼ਰੂਰ ਹੋ ਜੂ। ਚੰਗਾ ਬਈ ਕੱਟਾ, ਸਮਾਂ ਪਲਿਆ, ਵੱਡੀ ਗੱਲ, ਕੱਦ ਬਹੁਤ ਕਰੂਗਾ। ਪਤਾ ਨਹੀਂ ਹੁੰਦਾ ਹੋਰ ਕਰੇ ਨਹੀਂ ਕਰੂਗਾ, ਹਜੇ ਉਮਰ ਛੋਟੀ ਆ ਨਾ, ਕੱਦ ਹੋਰ ਵੀ ਕਰੂਗਾ। ਸਹੀ ਗੱਲ ਆ ਬਾਪੂ ਦੀ। ਬਾਕੀ ਪਿੱਠ ਪੁੜੇ ਦਾ ਚੰਗਾ, ਤੋਰਾ ਤਾਰਾ ਦਿਖਾ ਦੇ, ਠੰਡਾ ਠੁੰਡਾ ਵਧੀਆ। ਹਾਂਜੀ ਹਾਂਜੀ ਠੀਕ ਆ। ਜਮੀ ਨਹੀਂ ਕੁਛ ਕੁਛ ਕਰ ਦਿੰਦੇ ਠੰਡਾ ਬਈ। ਬਾਪੂ ਕਹਿੰਦਾ ਕੋਈ ਚੱਕਰੀ ਨਹੀਂ ਲੈ, ਫੇਸ ਬਹੁਤ ਚੰਗਾ, ਸਿੰਘ ਸੁੰਘ ਵੀ ਚੰਗਾ, ਤੋਰਾ ਤਾਰਾ ਵੀ ਚੰਗਾ। ਮੋੜ ਲਿਆ ਬਈ, ਮੁੱਲ ਇਹਦਾ 45,000 ਰੁਪਇਆ, ਮਾਨ ਤਾਨ ਜ਼ਰੂਰ ਹੋ ਜੂਗਾ। ਨਾਗ ਬਾਪੂ ਕੋਲੇ 2 ਸੀ, ਦੋਨੀ ਦਿਖਾਤੇ। ਕਿਸੇ ਵੀਰ ਦੇ ਦੋਨਾਂ 'ਚੋਂ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ। ਇਹ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ। ਥੈਂਕ ਯੂ ਵੈਰੀ ਮੱਚ।